ਕਰਦੇ ਨੇ ਕਹਿੰਦੇ ਨੱਚੇ ਮੰਗਤੇ ਗੜਬੜ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੇ ਬਾਜ਼ਾਰ ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੇ ਬਾਜ਼ਾਰ ਇਹ ਜਿਹੜੇ ਕੀਰਤਨ ਦਰਬਾਰ ਨੇ ਉਹ ਵੀ ਬਾਜ਼ਾਰ ਹੈ ਇਹਨਾਂ ਦਾ ਹੋਰ ਕੀ ਹੈ ਇਹ ਕੀਰਤਨ ਦਰਬਾਰ ਉਹ ਜਿਹਾ ਹੀ ਬਾਜ਼ਾਰ ਹੈ ਨਾ ਇਹ ਬਦਲ ਲਿਆ ਸੀ ਨਾ ਹੋਰ ਰੱਖ ਲਿਆ ਗੱਲ ਉਹੀ ਹੈ ਪੈਸੇ ਇਕੱਠੇ ਕਰਨੇ ਕੀਰਤਨ ਦਰਬਾਰ ਕਰਾਉਣੇ ਬਈ ਇਹਨਾਂ ਨੂੰ ਪੈਸੇ ਦੇਣੇ ਸਭ ਉਹੀ ਗੱਲ ਹੈ ਧੰਦਾ ਕੁਛ ਨਹੀਂ ਹੈ ਗੁਰਮਤੀ ਦਾ ਕੋਈ ਗੱਲੇ ਨਹੀਂ ਫਿਲੋਸਫੀ ਦੀ ਤਾਂ ਕੋਈ ਗੱਲੇ ਨਹੀਂ ਭਾਣਾ ਮੰਨਣ ਦੀ ਤਾਂ ਕੋਈ ਗੱਲੇ ਨਹੀਂ ਖੋਜ ਵਾਲੀ ਤਾਂ ਕੋਈ ਗੱਲੇ ਨਹੀਂ ਹੈ ਖੋਜ ਵਾਲੀ ਤਾਂ ਕੋਈ ਗੱਲ ਨਹੀਂ ਹੈ ਵਿਚਾਰ ਹੈ ਵਿਚਾਰ ਵਾਲੀ ਤਾਂ ਕੋਈ ਗੱਲ ਨਹੀਂ ਹੈ ਇਸੇ ਕਰਕੇ ਇਹਦਾ ਰਿਜ਼ਲਟ ਨਹੀਂ ਕੋਈ ਆ ਰਿਹਾ ਕੀਰਤਨ ਦਰਬਾਰਾਂ ਦਾ ਕੀ ਰਿਜ਼ਲਟ ਆ ਰਿਹਾ ਰਾਗੀ ਸਾਰੇ ਲੋਭੀ ਹੋ ਗਏ ਸਗੋਂ ਉਹਨਾਂ ਦੀਆਂ ਗੱਲਾਂ ਵੀ ਇੱਥੇ ਆਉਣ ਲੱਗ ਗਈਆਂ ਹੁਣ ਬਾਹਰ ਉਹਨਾਂ ਦੇ ਘਰ ਜਾ ਕੇ ਦੇਖੋ ਕੀ ਹਾਲ ਹੈ ਨਿਆਣੇ ਕੀ ਕਰਦੇ ਨੇ ਹਰ ਕਮਰੇ ਟੈਲੀਵਿਜ਼ਨ ਕੀ ਦੇਖਦੇ ਨੇ ਉਹ ਗੁਰਮਤਿ ਨਾਲ ਖੁਦ ਨਹੀਂ ਜੁੜੇ ਹੋਏ ਲੋਕ ਉਹ ਖੁਦ ਗੁਰਮਤਿ ਨਾਲ ਨਹੀਂ ਜੁੜੇ ਹੋਏ ਉਹ ਤਾਂ ਹਾਈ ਪ੍ਰੋਫਾਈਲ ਜ਼ਿੰਦਗੀ ਬਸਰ ਕਰਨੀ ਚਾਹੁੰਦੇ ਨੇ ਗੁਰਬਾਣੀ ਵਾਲੀ ਦਾ ਕੋਈ ਉਹਨਾਂ 'ਤੇ ਅਸਰ ਤਾਂ ਗੁਰਬਾਣੀ ਵਾਲਾ ਕੋਈ ਨਹੀਂ ਉਹ ਇਸ ਨੂੰ ਆਪਣਾ ਧੰਦਾ ਬਣਾ ਕੇ ਪੈਸਾ ਜ਼ਿਆਦਾ ਕਮਾ ਕੇ ਹਾਈ ਪ੍ਰੋਫਾਈਲ ਜ਼ਿੰਦਗੀ ਬਸਰ ਕਰਨੀ ਚਾਹੁੰਦੇ ਇਹ ਤਾਂ ਗੱਲ ਹੈ ਨਹੀਂ ਸੀ ਗੁਰਮਤੀ ਤਾਂ ਗੱਲ ਹੈ ਨਹੀਂ ਇਹ ਹਾਂਜੀ ਤਿਆਗ ਨਹੀਂ ਆਇਆ ਉਹਨਾਂ ਦੇ ਅੰਦਰ ਗਾਵੇ ਰਾਜੇ ਰਾਣੀਆਂ ਬੋਲੇ ਅਲਪਤਾਲ ਅਲਪਤਾਲ ਬੋਲਦੇ ਨੇ ਰਾਜੇ ਰਾਣੀਆਂ ਦੀਆਂ ਕਹਾਣੀਆਂ ਸੁਣਾਉਂਦੇ ਨੇ ਰਾਮਚੰਦਰ ਦੀ ਸੁਣਾਤੀ ਜਾਂ ਹੋਰ ਸੁਣਾਤੀ ਹਰੀਚੰਦ ਰਾਜੇ ਦੀ ਸੁਣਾਤੀ ਅਲਪਤਾਲ ਦੀਆਂ ਗੱਲਾਂ ਕਰਦੇ ਨੇ ਅਲਪਤਾਲ ਦੀਆਂ ਸਾਡੇ ਕਰਦੇ ਨੇ ਰਾਗੀ ਜੇ ਕਦੇ ਲੱਗ ਜਾਂਦੇ ਨੇ ਸਾਖੀ ਸੁਣਨ ਅਲਪਤਾਲੇ ਸੁਣਾਉਂਦੇ ਨੇ ਜਿਵੇਂ ਉਹਨੇ ਦਿੱਲੀ ਸੁਣਾਤੀ ਉਹਨਾਂ ਨੇ ਕਹਿ ਤਾ ਕਹਾਂ ਨੂੰ ਵੀ ਰਾਗੀ ਖਬਰਦਾਰ ਜੇ ਸਾਖੀ ਸੁਣਾਈ ਚਮਨ ਲਾਲ ਨੇ ਅਲਪਤਾਲ ਬੋਲਤਾ ਇਹ ਜਾਣਦੇ ਹੀ ਕੁਛ ਨੀ ਅਲਪਤਾਲੇ ਬੋਲਣੇ ਰਾਗੀਆਂ ਨੂੰ ਕੀ ਪਤਾ ਗੁਰਮਤਿ ਕੀ ਹੈ ਉਹਨਾਂ ਨੇ ਗੁਰਬਾਣੀ ਦੇ ਨਾਲ ਲੈਣਾ ਕੀ ਹੈ ਉਹ ਗਾਉਣ ਦਾ ਕੀਰਤਨ ਦਾ ਤਾਂ ਉਹਨਾਂ ਨੂੰ ਪਤਾ ਹੈ ਰਾਗਾਂ ਬਾਰੇ ਤਾਂ ਗਿਆਨ ਹੈ ਉਹਨਾਂ ਨੂੰ ਇਸ ਕਰ ਉਹਦੇ 'ਚ ਉਹਨਾਂ ਦੀ ਦਿਲਚਸਪੀ ਹੈ ਅਰਥਬੋਧ ਤਾਂ ਉਹਨਾਂ ਨੂੰ ਹੈ ਨਹੀਂ ਨਾਲੇ ਅਰਥਬੋਧ ਤਾਂ ਉਹਨਾਂ ਨੇ ਕੀ ਲੈਣਾ ਉਹਨਾਂ ਦਾ ਰਾਗ ਵਿਕਦਾ ਅਰਥ ਦੁਨੀਆਂ ਨੂੰ ਨਹੀਂ ਚਾਹੀਦੇ ਅਸਲ 'ਚ ਪਬਲਿਕ ਨੂੰ ਅਰਥ ਨਹੀਂ ਚਾਹੀਦੇ ਅਰਥ ਤਾਂ ਚਾਹੀਦੇ ਨੇ ਗੁਰਮੁਖਾਂ ਨੂੰ ਪਬਲਿਕ ਨੂੰ ਨਹੀਂ ਚਾਹੀਦੇ ਉਹ ਜੇ ਬਿਰਲੇ ਹੁੰਦੇ ਨੇ ਹੈਨ ਬਿਰਲੇ ਨਾ ਹੀ ਘੜੇ ਉਹ ਬਿਰਲਿਆਂ ਨੂੰ ਚਾਹੀਦੇ ਨੇ ਉਹਨਾਂ ਨੇ ਭੀੜ ਇਕੱਠੀ ਕਰਨੀ ਹੈ ਹੁਣ ਕੀਰਤਨ ਦਰਬਾਰ ਤਾਂ ਭੀੜ ਚਾਹੀਦੀ ਹੈ ਭੀੜ ਹੋਊਗੀ ਤਾਂ ਪੈਸੇ ਜ਼ਿਆਦਾ ਹੋਣਗੇ ਫਿਰ ਲੰਗਰ ਚਾਹੀਦਾ ਉੱਥੇ ਉਹ ਕੁਛ ਹੋਰ ਚੀਜ਼ ਹੈ ਉਹ ਆਹੀ ਗੱਲ ਹੈ ਜਿਹੜੀ ਆਹ ਸੀ ਨਾ ਜਿਹਦਾ ਖੰਡਨ ਕੀਤਾ ਸੀ ਇਹ ਹੋਰ ਤਰੀਕੇ ਦੇਖੋ ਰੂਪ ਬਦਲ ਕੇ ਸ਼ੁਰੂ ਕਰ ਲਈ ਨਾ ਸੀ ਰੂਹਾਨੀ ਕੀਰਤਨ ਦਰਬਾਰ ਨਾ ਰੱਖ ਲਏ ਰੂਹ ਦੀ ਕਿਹੜੀ ਗੱਲ ਹੈ ਉੱਥੇ ਆਤਮਾ ਦੀ ਕੀ ਖੁਰਾਕ ਮਿਲਦੀ ਹੈ ਕੋਈ ਆਤਮਾ ਦੀ ਖੁਰਾਕ ਨਹੀਂ ਉੱਥੇ ਲੰਗਰ ਤਾਂ ਸ਼ਬਦ ਦਾ ਚੱਲਣਾ ਸੀ ਜ਼ਰੂਰ ਪਰ ਲੰਗਰ ਤਾਂ ਚੱਲਿਆ ਹੀ ਨਹੀਂ ਸ਼ਬਦ ਦਾ ਲੰਗਰ ਤਾਂ ਰੋਟੀਆਂ ਦਾ ਤੁਹਾਡਾ ਕਹਿੰਦੇ ਆਤਮਾ ਦੀ ਖੁਰਾਕ ਹੈ ਕੰਨ ਰਸਤੇ ਸਵਾ ਕੁਛ ਨਹੀਂ ਹੈ ਉੱਥੇ ਕੰਨ ਰਸ ਹੈ ਲੱਖ ਟਕਿਆਂ ਕੇ ਮੁੰਦਲੇ ਲੱਖ ਟਕਿਆਂ ਕੇ ਹਾਰ ਲੱਖ ਟਕਿਆਂ ਦੇ ਮੁੰਦਲੇ ਲੱਖ ਟਕਿਆਂ ਦੇ ਹਾਰ ਪਾਉਂਦੇ ਨੇ ਜਿਵੇਂ ਵਿਸ਼ਨੂੰ ਦੇ ਪਾਏ ਹੋਏ ਨੇ ਉਹ ਚਾਹੇ ਬਣਾਉਟੀ ਪਾਉਂਦੇ ਸੀ ਤਾਜ ਲਾਉਣੇ ਕਲ ਦੇ ਵਿੱਚ ਹਾਰ ਪਾਉਣੇ ਮੁੰਦਲੇ ਪਾਉਣੇ ਰਾਜਾ ਬਣ ਕੇ ਦਿਖਾਉਣਾ ਜਿਵੇਂ ਹੁਣ ਰਾਸ ਲੀਲਾ ਕਰਦੇ ਨੇ ਰਾਮ ਲੀਲਾ ਹਰ ਕ੍ਰਿਸ਼ਨ ਲੀਲਾ ਆਹ ਕੁ ਕਰਦੇ ਨੇ ਰਾਸਧਾਰੀਏ ਇਹ ਧਰਮ ਸੀ ਉਸ ਵੇਲੇ ਦਾ ਭੱਜ ਤਨ ਪਾਈਏ ਨਾਨਕਾ ਸੇ ਤਨ ਹੋਵੇ ਛਾਰ ਜਿਹੜੇ ਸਰੀਰ 'ਚ ਪਾਇਆ ਹੈ ਤੇ ਮੁੰਦਲੇ ਔਰ ਹਾਰ ਉਹ ਤਾਂ ਸਵਾਹ ਹੋ ਜਾਣਾ ਉਹ ਤਾਂ ਸਵਾਹ ਦੀ ਢੇਰੀ ਇੱਥੇ ਰਹਿ ਜਾਣੀ ਹੈ ਦਰਸ਼ਨ ਤਾਂ ਉਹ ਸਰੀਰ ਦਾ ਹੀ ਕਰਾਇਆ ਤੁਸੀਂ ਉਹ ਇੱਥੇ ਰਹਿ ਜਾਣਾ ਫਿਰ ਉਹਨੂੰ ਲਾਭ ਕੀ ਹੋਇਆ ਜੇ ਚੀਜ਼ ਦੇਖਣ ਵਾਲੀ ਤਾਂ ਦਿਖੀ ਹੋ ਨਹੀਂ ਆਤਮਾ ਦਾ ਤਾਂ ਦਰਸ਼ਨ ਹੋਇਆ ਹੀ ਨਹੀਂ ਆਤਮਾ ਨੇ ਪਾਉਣਾ ਸੀ ਹਾਰ ਕਾਲਾ ਪਾਉਣਾ ਸਗਲ ਗੁਣਾ ਗੜ ਹਾਰ ਆ ਹਾਰ ਪਾਇਆ ਹੋਇਆ ਓਂਕਾਰ ਸਤਨਾਮ ਇੱਕ ਦੇ ਹਾਰ ਪਾਇਆ ਹੋਇਆ ਜਾਂ ਇੱਕ ਇਹਨਾਂ ਦਾ ਹਾਰ ਹੈ ਇੱਕ ਦਾ ਕੀ ਹਾਰ ਹੈ ਇੱਕ ਦਾ ਹਾਰ ਹੈ ਸਤਨਾਮ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਵੈਭਵ
ਇਹ ਅੱਠ ਗੁਣ ਨੇ ਆਲੇ ਦੁਆਲੇ ਸਾਰੇ, ਇਹ ਹਾਰ ਇਹਦੇ ਪਾਇਆ ਹੋਇਆ, ਇਹਦੇ ਵਿੱਚ ਸਭ ਕੁਛ ਹੈ, ਵਿਚਾਲੇ ਇੱਕ ਹੈ, ਆਲੇ ਦੁਆਲੇ ਹਾਰ ਹੈ, ਇਹਦੇ ਵਿੱਚ ਇਹਦੇ ਇਹਦੀ ਵਿਆਖਿਆ ਕਰਦੀ ਹੈ ਬਾਣੀ, ਜਾਂ ਇੱਕ ਦੀ ਕਰਦੀ ਹੈ, ਇਹ ਅੱਠੇ ਇੱਕ ਦੀ ਕਰਦੇ ਨੇ, ਅੱਠ ਇੱਕ ਦੇ ਹੀ ਦਰਸਾਉਂਦੇ ਨੇ, ਇੱਕ ਦਾ ਹੀ, ਇੱਕ ਦਾ ਰੂਪ ਚਿਤਰਨ ਕਰਦੇ ਨੇ ਅੱਠੇ ਗੁਣ, ਇਹ ਇੱਕ ਕੀ ਹੈ, ਇੱਕ ਵਾਰ ਹੀ ਦੱਸ ਰਹੇ ਨੇ, ਉਹ ਓਂਕਾਰ ਹੈ, ਓਂਕਾਰ ਕਾ ਕੀ ਹੈ, ਓਂਕਾਰ ਬ੍ਰਹਮਾ ਉਤਪੱਤ, ਓਂਕਾਰ ਬ੍ਰਹਮਾ ਉਤਪੱਤ ਕੀਤੀ ਹੈ, ਆਹੀ ਹੈ ਕੁਦਰਤ, ਓਂਕਾਰ ਕੀ ਹੋ ਜਿਹਨੇ ਚਿੱਤ, ਓਂਕਾਰ ਨੇ ਚਿੱਤ ਬਣਾਇਆ, ਧਰਮ ਰਾਜ ਬਣਾਇਆ, ਓਂਕਾਰ ਸੈਲ ਯੁੱਗ ਪਏ, ਓਂਕਾਰ ਤੇ ਸਾਰੇ ਯੁੱਗ ਬਣੇ ਨੇ ਤਿੰਨੇ ਮਾਇਆ ਦੇ, ਓਂਕਾਰ ਵੇਦ ਨਿਰਮੈ, ਆਹ ਵੇਦ ਨਿਰਮੈ ਵਾਲੀ ਗੱਲ ਹੈ, ਉਹ ਵੀ ਉਹੀ ਗੱਲ ਹੈ, ਆਹ ਕੁਦਰਤ ਵੇਦ ਪੁਰਾਣ ਕਦੇ ਮਾਂ ਤਾਂ ਓਂਕਾਰ ਤਾਂ ਕੁਦਰਤ ਹੈ, ਉਹੀ ਗੱਲ ਉੱਥੇ ਉਹੀ ਇੱਥੇ, ਇਹ ਗੱਲ ਕੌਣ ਦੱਸਦਾ, ਰਾਗੀ ਦੱਸਦੇ ਨੇ, ਰਾਗੀ ਨੂੰ ਪਤਾ, ਨਾ ਰਾਗੀਆਂ ਨੂੰ ਪਤਾ, ਨਾ ਕਥਾਵਾਚਕਾਂ ਨੂੰ ਪਤਾ, ਗੱਲ ਤਾਂ ਇਹ ਸੀ ਦੱਸਣ ਵਾਲੀ ਵੀ ਇਹ ਕੁਦਰਤ ਵਾਲੀ ਪੌੜੀਦਾਰ ਉਹਦਾ ਕੀ ਮੇਲ ਹੈ, ਇਹ ਉਸੇ ਦੀ ਵਿਆਖਿਆ ਹੈ, ਇਹ ਕੀ ਹੈ ਉਹ ਕੀ ਹੈ, ਭੇਦ ਖੋਲਿਆ ਸੀ ਉੱਥੇ, ਗਿਆਨ ਨਾ ਗੱਲੀ ਢੂੰਡੀ ਹੈ ਕਥਨਾ ਕਰੜਾ ਸਾਹਿਬ, ਇਹ ਗਿਆਨ ਦੇਣਾ ਸੀ ਲੋਕਾਂ ਨੂੰ, ਇਹ ਗੱਲਾਂ ਨਾਲ ਨਹੀਂ ਮਿਲਦਾ ਗਿਆਨ, ਜਿਹੜੀਆਂ ਗੱਲਾਂ ਕਰਦੇ ਨੇ ਚਮਨ ਲਾਲ ਵਰਗੇ ਸਾਖੀਆਂ ਸੁਣਾਉਂਦੇ ਨੇ, ਗੱਲਾਂ 'ਚ ਨਹੀਂ ਗਿਆਨ ਹੁੰਦਾ, ਉਹ ਤਾਂ ਗੱਲਾਂ ਨੇ, ਗੱਲੀ ਕਿੰਨੇ ਨੇ ਪਾਇਆ, ਗੱਲੀ ਕੀ ਪਾਉਣਾ ਸੀ, ਨਾਨਕ ਲੇਖੇ ਇੱਕ ਗੱਲ, ਗੱਲ ਇੱਕ ਕਰਕੇ